ਪਾਕਿਸਤਾਨ ਜਾਈਏ, ਬਾਜਵਾ ਨੂੰ ਮਿਲੀਏ, ਪਾਕਿਸਤਾਨ ਜਾ ਕੇ ਉਹਨੂੰ ਜਿੰਦਾਬਾਦ ਬੋਲੀਏ, ਉਹਦੇ ਲਈ ਅਸੀਂ ਦੁਆ ਮੰਗੀਏ ਕਿ ਤੂੰ ਜੀਵੇ, ਖੁਸ਼ਹਾਲ ਹੋਵੇ। ਆਏ ਦਿਨ ਸਾਡੇ ਬੱਚਿਆਂ ਨੂੰ ਮਾਰੇ, ਬੜਾ ਅਫਸੋਸ ਹੋਇਆ। ਹਰ ਵਾਰ ਜਦ ਵੀ ਕਦੀ ਹਮਲਾ ਹੋਏਗਾ, ਇਹ ਲੋਕ ਜ਼ਿੰਮੇਦਾਰ ਹੋਣਗੇ, ਜਵਾਬਦੇਹ ਹੋਣਗੇ। ਭੈਣ ਜੀ, ਇਮਰਾਨ ਖਾਨ ਤੇ ਕੋਈ ਉਮੀਦ ਹੈਗੀ ਕਿ ਦੋਸ਼ੀ? ਇਮਰਾਨ ਖਾਨ ਨੂੰ ਅੱਜ ਪੁੱਛੋ, ਸਿੱਧੂ ਨੂੰ ਪੁੱਛੋ ਕਿ ਤੇਰੇ ਇਮਰਾਨ ਦਾ ਇਮਾਨ ਕੀ ਕਹਿੰਦਾ, ਇਮਾਨ ਹੈ ਕਿ ਬੇਈਮਾਨ ਹੈ। ਅੱਜ ਸਿੱਧੂ ਦਾ ਜਵਾਬ ਬਣਦਾ, ਉਹਨੂੰ ਪੁੱਛਣਾ ਚਾਹੀਦਾ ਕਿ ਅੱਜ ਤੇਰੇ ਪਾਕਿਸਤਾਨ ਨੂੰ ਜਿਹਨੂੰ ਜੀਵੇ ਕਹਿੰਦਾ ਸਹਿ, ਅੱਜ ਆ ਵੇਖੀਏ 44 ਲਾਸ਼ਾਂ, ਅੱਜ ਇਹਨੇ 44 ਬੱਚਿਆਂ ਨੂੰ ਢਿੱਡ 'ਚ ਪਾ ਲੈਂਦਾ। ਉਹਨਾਂ ਮਾਵਾਂ ਨੂੰ ਪੁੱਛਿਆ ਹੀ, ਕਦੀ ਪੁੱਛ ਕੇ ਦੇਖ ਦਊ। ਅੱਜ ਇਸ ਪਰਿਵਾਰ ਨੂੰ ਪੁੱਛ ਕੇ ਦੇਖੋ, ਉਹਨੇ 44 ਪਰਿਵਾਰਾਂ ਨੂੰ ਪੁੱਛ ਕੇ ਦੇਖੋ, ਅੱਜ ਹਿੰਦੁਸਤਾਨ ਨੂੰ ਦੇਖ, 56, ਅੱਜ ਗਿਣਤੀ ਸ਼ਾਇਦ ਹੋਰ ਵੱਧ ਜਾਵੇ। ਬੜੀ ਬਦਕਿਸਮਤੀ, ਉਹ ਹਾਲਾਤ ਦੇਖ ਕੇ ਲੱਗਦਾ ਸੀ, ਸੱਚਮੁੱਚ ਲੱਗਦਾ ਸੀ ਕਿ ਮੇਰਾ ਕੋਈ ਨਹੀਂ ਬੱਚਿਆ ਹੋਣਾ, ਮੇਰਾ ਕੋਈ ਨਹੀਂ ਬੱਚਿਆ ਹੋਣਾ।